ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ 'ਚ ਇੱਕ ਦਿਨ ਪਹਿਲਾਂ ਕਰਵਾਇਆ ਪਾੜ ਦੂਜੇ ਦਿਨ ਚਾਰ ਜੀਆਂ ਦੇ ਘਰ ਦੇ ਅੰਦਰ ਹੋਈ ਇਹਦਾ ਦਰਦਨਾਕ ਮੌਤ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਹੈ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮਾਤ ਭਾਗੀ ਘਟਨਾ ਮੱਲਾਪੁਰ ਦਾਖਾ ਤੋਂ ਸਾਹਮਣੇ ਜਿੱਥੇ ਇੱਕ ਪਰਿਵਾਰ ਵੱਲੋਂ ਕੱਲ੍ਹ ਆਪਣੇ ਘਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਸੀ ਉੱਥੇ ਹੀ ਅਜਿਹੇ ਚਾਰਾਰ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਮੰਡਿਆਣਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਨਿਰਮਲ ਸਿੰਘ ਇਸ ਸਮੇਂ ਜਿੱਥੇ ਰੇਲਵੇ ਕੁਆਟਰ ਨੰਬਰ ਐਫ ਵਿੱਚ ਆਪਣੇ ਪਰਿਵਾਰ ਸਮਿਤ ਰਹਿ ਰਹੇ ਸਨ ਜਿੱਥੋਂ ਉਹਨਾਂ ਵੱਲੋਂ ਉਹਨਾਂ ਦੀ ਪਤਨੀ ਬਲਵੀਰ ਕੌਰ ਪੁੱਤਰ ਜਗਦੀਪ ਸਿੰਘ ਨੂੰ ਜੋਤੀਕੌਰ 2 ਸਾਲਾਂ ਦੀ ਪੋਤੀ ਮਨਜੋਤ ਕੌਰ ਵੀ ਸ਼ਾਮਲ ਸਨ ਜਿੱਥੇ ਮ੍ਰਿਤਕ ਸੁਦੇਖ ਸਿੰਘ ਵੱਲੋਂ ਰੇਲਵੇ ਗੇਟਮੈਨ ਦੀ ਨੌਕਰੀ ਕਰਦਾ ਸੀ ਤੇ ਬੀਤੇ ਕਾਲ ਉਹਨਾਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਕਰਾਇਆ ਗਿਆ ਜਿਸ ਤੋਂ ਬਾਅਦ ਸਾਰਾ ਪਰਿਵਾਰ ਰਾਤ ਦੇ 11 ਵਜੇ ਦੇ ਕਰੀਬ ਦੁੱਧ ਪੀ ਕੇ ਸੋ ਗਿਆ ਪਰਛ ਮੇਰੇ ਬਲਬੀਰ ਕੋਲ ਜਦੋਂ ਚਾਹ ਬਨਉਂਦੀ ਬਾਦ ਦਿੱਤੀ ਕਿ ਤਾਂ ਕੋਈ ਨ ਉੱਠਿਆ ਜਦੋਂ ਵੇਖਿਆ ਤਾਂ ਸਾਰੀਆਂ ਲਾਸ਼ਾਂ ਆਕੜੀਆਂ ਪਈਆਂ ਸਨ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਅਤੀ ਦੁੱਧ ਕਰਮ ਕਰਕੇ ਦਿੱਤਾ ਗਿਆ ਉਹ ਤੇ ਮ੍ਰਿਤਕ ਨੂੰ ਦੇ ਘਾੜ ਲਿਆ ਤੇ ਇਸ 'ਤੇ ਉਹਨਾਂ ਦੋਸ਼ ਲਗਾਏ ਕਿ ਦੁੱਧ ਵਿੱਚ ਪਾ ਕੇ ਕੁਝ ਦਿੱਤਾ ਦਿੱਤਾ ਗਿਆ ਹੈ ਉਦੋਂ ਦੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਦੇਖ ਕੇ ਜਾਂਚ ਪੜਤਾਲ ਕੀਤੀ ਜਾਏ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਖਬਰ ਨੂੰ ਲਾ ਸਕਦੇ ਖਣੇ ਤੁਹਾਡਾ ਬਹੁਤ ਬਹੁਤ ਧੰਨ